थाने के अंदर सर धरना लगाया गया था, एएसपी साहब आपसे वार्ता के लिए भी आए थे, अंदर वार्ता हुई है, मीडिया का इधर आ जाओ, आ जाओ, मीडिया को अंदर अलाउ नहीं किया गया, क्या वार्ता हुई? अभी कोई वार्तालाप नहीं हुई, वो तो जैसे पुलिस वाले मीठी गोली देने की कोशिश कर रहे हैं, वो सोचते नया नया विधायक है इसको कुछ पता नहीं होगा, लेकिन वो जानते नहीं मैं सरदार गुरमीत सिंह कुन्नर का लड़का हूँ, इनकी सब चाल समझता हूँ, जिस तरीके से ये टीटी साहब के इशारे से काम कर रहे हैं, पिछले 3 महीनों से यही काम इन्होंने पकड़ रखा है, जिन्होंने वोट डाली उनको 751 में अंदर करने का काम कर रहा है, उसके विरोध में आज हम इकट्ठे हुए हैं, हमारे एक साथी को उठाया गया था, और मेरे कहने के बावजूद भी इस मामले में मैटर को यही सुलटा लेते हैं, कोई बात है अगर मुलजिम है तो आप जाएगा, लेकिन ज़बरदस्ती कर्णपुर क्षेत्र थाना क्षेत्र का मामला था और पद्मपुर के पुलिस वापस को पकड़ के लाई है, तो ये इससे सारे कार्यकर्ताओं में बड़ा रोष है। सर आपकी क्या मांगे थी, किन मुद्दों पर चर्चा हुई है वार्ता के दौरान? मांगे यही थी कि जो पद्मपुर के जो कर्ण एएसआई कमल और 3 कॉन्स्टेबल और सी साहब सबको लाइन हाजिर किया जाए। तो वार्ता के अंदर सहमति बनी है नहीं बनी? नहीं अभी कोई सहमति नहीं, जब तक हो गया कोई गल नहीं, मैं ज़्यादा नहीं करूँगा। राकेश जी ने कहा सी कि टीडी साहब तो हाजम नहीं हो रहा, रूबी तो हारे, लेकिन मैं उन्हां दी गल कटदा, ਉਹ ਰੂਬੀ ਤੋਂ ਨਹੀਂ ਹਾਰੇ, ਉਹ ਤੁਹਾਡੇ ਸਾਰਿਆਂ ਤੋਂ ਹਾਰੇ। ਬੇਸ਼ੱਕ ਸਰਕਾਰ ਹੀ ਹੈ, ਲੇਕਿਨ ਕਰਨਪੁਰ ਦੇ ਵਿੱਚ ਨਾ ਕਾਂਗਰਸ ਦਾ MLA ਆ, ਨਾ BJP ਦਾ MLA ਆ, ਕਰਨਪੁਰ ਦੇ ਉਹ ਦੇਵਤੁੱਲੇ ਲੋਕ ਸਾਰੇ ਹੀ MLA ਆ। ਅੱਜ ਜੋ ਘਟਨਾ ਹੋਈ ਹੈ ਕਿ ਅੱਜ ਤੋਂ ਨਹੀਂ ਪਿਛਲੇ 3 ਮਹੀਨਿਆਂ ਤੋਂ ਹੁਣ ਜਾ ਰਹੀ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਆਏ ਆ, ਬਾਈ ਸ਼ਿਵਰਾਜ ਨੂੰ ਲੈ ਕੇ ਆਏ ਆ, ਮੈਂ ਕੋਈ ਅਹਿਸਾਨ ਨਹੀਂ ਕੀਤਾ, ਜੋ ਤੁਸੀਂ ਲੋਕਾਂ ਨੇ ਕਰਨਪੁਰ ਦੀ ਜਨਤਾ ਨੇ ਮੇਰੇ 'ਤੇ ਔਰ ਮੇਰੇ ਪਰਿਵਾਰ ਅਹਿਸਾਨ ਕੀਤਾ ਨਾ, ਤੁਹਾਡੇ ਮੈਂ ਪੈਰ ਧੋ ਧੋ ਕੇ ਪੀਵਾਂ ਵੀ ਅਹਿਸਾਨ ਲਾ ਨਹੀਂ ਸਕਦਾ। ਇਹ ਆਪਣੀ ਚੁੱਪੀ ਨੂੰ ਕਮਜ਼ੋਰੀ ਸਮਝ ਰਹੇ ਆ, ਲੇਕਿਨ ਇਹ ਭੁੱਲ ਗਏ ਆ, ਕੱਦ ਬਥੇਰਾ ਛੋਟਾ ਹੈ ਲੇਕਿਨ ਸਰਦਾਰ ਗੁਰਮੀਤ ਸਿੰਘ ਕੁੰਨਰ ਦਾ ਖੂਨ ਹੈ, ਸਰਦਾਰ ਗੁਰਮੀਤ ਸਿੰਘ ਕੁੰਨਰ ਦਾ ਐਡਾ ਵੱਡਾ ਪਰਿਵਾਰ, ਅਗਰ ਇਸ ਪਰਿਵਾਰ 'ਤੇ ਕਿਸੇ ਨੇ ਉਂਗਲ ਚੱਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਰੂਬੀ ਆਪਦਾ ਖੂਨ ਵਹਾਉਣ ਨੂੰ ਤਿਆਰ ਬੈਠੀ। ਇਹ ਜ਼ਿੰਦਗੀ ਕਰਨਪੁਰ ਦੇ ਲੋਕਾਂ ਵਾਸਤੇ, ਕਰਨਪੁਰ ਦੇ ਜੋ ਕਾਂਗਰਸ ਦੇ ਕਾਰਜਕਰਤਾ ਹੈ, ਮੇਰੀ ਜ਼ਿੰਦਗੀ ਤੁਹਾਨੂੰ ਸਾਰਿਆਂ ਨੂੰ ਸਮਰਪਿਤ ਹੈ। ਕਿਉਂਕਿ ਜੋ ਉਹ ਚੁਣਾਵ ਸੀਗਾ, ਮੈਂ ਹਲੇ ਵੀ ਸੋਚਦਾ ਬੈਠ ਬੈਠ ਮੈਂ ਜਿੱਤਿਆ ਕਿਵੇਂ, ਨਾ ਮੇਰੇ ਨਾਲ ਪਿਓ ਸੀਗਾ, ਨਾ ਸਰਕਾਰ ਸੀ, ਕਰਨਪੁਰ ਦੇ ਲੋਕਾਂ ਨੇ, ਉਹ ਕੁੰਨਰ ਸਾਹਿਬ ਦੇ ਪਰਿਵਾਰ ਨੇ ਐਡਾ ਵੱਡਾ ਮਾਣ ਦਿੱਤਾ,
ਕੁੰਨਰ ਸਾਹਿਬ ਨੂੰ ਸ਼ਰਧਾਂਜਲੀ ਦੇ ਰੂਪ 'ਤੇ ਮੈਨੂੰ ਜਿਤਾਇਆ, ਹੁਣ ਮੇਰਾ ਫਰਜ਼ ਬਣਦਾ ਹੈ ਕੁੰਨਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਉਦੋਂ ਮਿਲੂਗੀ ਜਦੋਂ ਕਰਨਪੁਰ ਦੀ ਜਨਤਾ ਦੀ ਸੇਵਾ ਕਰੂੰਗਾ। ਸੋ ਮੇਰਾ ਇੱਕ ਇੱਕ ਕਤਰਾ, ਇੱਕ ਇੱਕ ਮਿੰਟ ਕਰਨਪੁਰ ਦੀ ਜਨਤਾ ਨੂੰ ਸਮਰਪਿਤ ਹੈ। 3 ਮਹੀਨਿਆਂ ਦੇ ਵਿੱਚ ਹਾਲਾਤ ਕੀ ਹੋ ਗਏ, ਲਾਈਟ ਵਿਵਸਥਾ ਫੇਲ, ਨਰੇਗਾ ਫੇਲ, ਨਗਰਪਾਲਿਕਾ ਫੇਲ, ਪੁਲਿਸ ਪ੍ਰਸ਼ਾਸਨ ਲਾਅ ਐਂਡ ਆਰਡਰ ਮੇਨਟੇਨ ਕਰਦੀ ਉਹ ਫੇਲ, ਨਸ਼ਾ ਅੱਜ ਤੋਂ 4 ਗੁਣਾ ਵੱਧ ਗਿਆ। ਚੁਣਾਵਾਂ ਦੇ ਦੌਰਾਨ ਮੇਰੇ 'ਤੇ ਬਹੁਤ ਵਿਅਕਤੀਗਤ ਰੂਪ 'ਤੇ ਇਲਜ਼ਾਮ ਲਾਏ ਗਏ ਵੀ ਰੂਬੀ ਨਸ਼ੇ ਦਾ ਕੰਮ ਕਰਾਉਂਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਕੁੰਨਰ ਸਾਹਿਬ ਆਪਣੇ ਵਿੱਚ ਸੀਗੇ ਜਿੱਦਣ ਫਾਰਮ ਹੁੰਦੇ ਸੀ, ਮੈਂ ਟੀ ਡੀ ਸਾਹਿਬ ਦੇ ਬਾਰੇ ਜ਼ਿਆਦਾ ਨਹੀਂ ਬੋਲੂੰਗਾ ਕਿਉਂਕਿ ਕੁੰਨਰ ਸਾਹਿਬ ਹਮੇਸ਼ਾ ਹੀ ਕਹਿੰਦੇ ਸੀ ਕਿ ਤੁਸੀਂ ਕਿਸੇ ਬਾਰੇ ਕੋਈ ਗਲਤ ਨਹੀਂ ਬੋਲਣਾ, ਲੇਕਿਨ ਇੰਨਾ ਜ਼ਰੂਰ ਬੋਲੂੰਗਾ ਵੀ ਟੀ ਡੀ ਸਾਹਿਬ ਤੁਸੀਂ ਮੇਰੇ ਪਿਓ ਦੀ ਉਮਰ ਦੇ ਹੋ, ਅੱਜ ਜੋ ਇੱਥੇ ਹਾਲਾਤ ਹੈ, ਤੁਸੀਂ ਨਰੇਗਾ ਕਰਮਚਾਰੀ ਨਰੇਗਾ ਦੀ ਗੱਲ ਕਰੋ, ਬਿਜਲੀ ਦੀ ਗੱਲ ਕਰੋ, ਪਾਣੀ ਦੀ ਗੱਲ ਕਰੋ, ਹੋਸਪਿਟਲਾਂ 'ਚ ਡਾਕਟਰ ਹੈ ਨਹੀਂ ਉਹਦੀ ਗੱਲ ਕਰੋ, ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ ਉਹਦੀ ਗੱਲ ਕਰੋ, ਲੇਕਿਨ ਨਹੀਂ, ਉਹਨਾਂ ਦੇ ਇੱਕ ਮੂਲ ਮੰਤਰ ਹੈ ਵੀ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਰਗੜ ਦਿਓ, ਲੇਕਿਨ ਆਪਾਂ ਰਗੜਨ ਵਾਲਾ ਕੰਮ ਨਹੀਂ ਕਰਨਾ। ਮੈਂ ਇਸ ਮੰਚ ਤੋਂ ਪੂਰੇ ਇਲਾਕੇ 'ਚ ਬੀਜੇਪੀ ਵਾਲਿਆਂ ਨੂੰ ਵੀ ਕਹਿਣਾ ਹੁੰਦਾ, ਕਿਸੇ ਨੂੰ ਕੰਮ ਹੋਵੇ ਕੁੰਨਰ ਸਾਹਿਬ ਦਾ ਦਰਵਾਜ਼ਾ ਹਮੇਸ਼ਾ ਸਭ ਵਾਸਤੇ ਖੁੱਲ੍ਹਾ ਹੈ, ਮੈਂ ਕੰਮ ਕਰਾਂਗਾ। ਹੋਰ ਟੀ ਡੀ ਸਾਹਿਬ ਨੂੰ ਕਹਿਣਾ ਚਾਹੁੰਦਾ, ਹੁਣ ਤਾਂ ਤੁਹਾਡੀ ਡਬਲ ਇੰਜਨ ਸਰਕਾਰ ਹੈ, ਜੋ ਮੇਰੇ 'ਤੇ ਇਲਜ਼ਾਮ ਲਾਏ ਸੀ ਨਸ਼ੇ ਦੇ, ਤੁਹਾਡੀ ਸਰਕਾਰ, ਤੁਹਾਡਾ ਪੁਲਿਸ ਪ੍ਰਸ਼ਾਸਨ, ਉਹ ਸਾਬਿਤ ਕਰ ਦਿਉ, ਉਦਣ ਹੀ ਅਸਤੀਫਾ ਦੇ ਦੂੰਗਾ ਐਮਐਲਏ ਪਦ 'ਤੇ। ਝੂਠੇ ਇਲਜ਼ਾਮ ਲਾਏ, ਅੱਜ ਨਸ਼ੇ ਦਾ ਕਾਰੋਬਾਰ ਕੌਣ ਕਰ ਰਿਹਾ ਹੈ ਇਹ ਸਭ ਨੂੰ ਪਤਾ ਹੈ। ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ, ਬਸ ਇੰਨਾ ਹੀ ਕਹੂੰਗਾ, ਤੁਹਾਡੇ ਵਾਸਤੇ ਤੁਹਾਡਾ ਬੱਚਾ ਤੁਹਾਡਾ ਭਰਾ 24 ਘੰਟੇ ਹਾਜ਼ਰ ਹੈ, ਇਹ ਧੱਕਾਸ਼ਾਹੀ ਨਹੀਂ ਚੱਲਣ ਦਊਂਗਾ। ਚੁੱਪ ਇਸ ਕਰਕੇ ਸੀ ਕਿਉਂਕਿ 4 ਸੀਟਾਂ ਲੱਗੀ ਸੀ, 4 ਤਰੀਕ ਦਾ ਇੰਤਜ਼ਾਰ ਸੀ। ਔਰ CI ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਹੈ, 4 ਤਰੀਕ ਤੋਂ ਬਾਅਦ ਤੁਹਾਡੇ ਥਾਣੇ ਦਾ ਇੰਸਪੈਕਸ਼ਨ ਮੈਂ ਕਰੂੰਗਾ, ਮੇਰੇ ਕੋਲ ਅਧਿਕਾਰ ਹੈ, ਹਰ ਥਾਣੇ ਦਾ ਮੈਂ ਇੰਸਪੈਕਸ਼ਨ ਕਰੂੰਗਾ, ਹਰ ਡਿਪਾਰਟਮੈਂਟ ਦਾ ਇੰਸਪੈਕਸ਼ਨ ਕਰੂੰਗਾ। SDM ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਹੈ, ਆਪਦੀ ਵਿਵਸਥਾ ਸਹੀ ਕਰ ਲਓ, ਲੋਕਾਂ ਗੁਲਾਬੇ ਵਾਲੇ ਦਾ ਜਿਹੜਾ ਫੋਨ ਆਉਂਦਾ ਹੈ ਬਿਲਕੁਲ ਸੁਣੋ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਤੁਸੀਂ ਉਹਨਾਂ ਦੇ ਫੋਨ ਤੋਂ ਕੋਈ ਧੱਕਾਸ਼ਾਹੀ ਜਾਂ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਨਹੀਂ ਚੱਲਣ ਦੂੰਗਾ। ਸਾਡੇ ਸਹੀ ਕੰਮ ਕਰਾਵਾਂਗੇ, ਗਲਤ ਕੰਮ ਉਹਨਾਂ ਦੇ ਹੋਣ ਨਹੀਂ ਦੇਵਾਂਗੇ। ਸੋ ਅੱਜ ਜੋ ਘਟਨਾਕ੍ਰਮ ਹੋਇਆ ਉਹਦੇ 'ਚ ਜੋ ਅਧਿਕਾਰੀ ਹੈ, ਜਦੋਂ ਤੱਕ ਉਹਨਾਂ ਨੂੰ ਕਪਤਾਨ ਸਾਹਿਬ ਲਾਈਨ 'ਚ ਨਹੀਂ ਭੇਜਦੇ, ਮੈਂ ਇੱਥੇ ਬੈਠੂੰਗਾ। ਔਰ ਸਾਰਿਆਂ ਨੂੰ ਜਿੰਨੇ ਵੀ ਆਪਣੇ ਕਾਰਜਕਰਤਾ ਹੈ ਪੂਰੀ ਵਿਧਾਨ ਸਭਾ ਦੇ, ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ, ਕੋਈ ਦੂਰ ਤੋਂ ਵੀ ਆਉਣ ਵਾਲੇ ਆ, 10 ਵਜੇ ਦਾ ਟਾਈਮ ਰੱਖ ਲਓ, ਕਰਨਪੁਰ ਮੰਡੀ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਚਾਹੀਦੀ, ਪਤਾ ਲੱਗਣਾ ਚਾਹੀਦਾ ਸਰਦਾਰ ਗੁਰਮੀਤ ਸਿੰਘ ਜੀ ਹਲੇ ਵੀ ਫੌਜ
ਉਸ ਤਰੀਕੇ ਨਾਲ ਤਿਆਰ ਹੈ ਜਿਸ ਤਰੀਕੇ ਨਾਲ ਪਹਿਲਾਂ ਤਿਆਰ ਰਹਿੰਦੀ ਸੀ। ਸੋ ਜ਼ਿਆਦਾ ਗੱਲਾਂ ਨਹੀਂ ਕਰੂੰਗਾ। ਸੋ ਜ਼ਿਆਦਾ ਗੱਲਾਂ ਨਹੀਂ ਕਰੂੰਗਾ, ਗੱਲਾਂ ਜਿੰਨੀ ਮਰਜ਼ੀ ਕਰੀ ਜਾਈਏ। ਬਸ ਇਹ ਚੇਤਾਵਨੀ ਹੈ ਸਾਰੇ ਡਿਪਾਰਟਮੈਂਟ ਨੂੰ, ਕਰਨਪੁਰ ਦੇ ਨੂੰ, ਵੀ ਲੋਅ ਐਂਡ ਆਰਡਰ ਮੇਨਟੇਨ ਕਰੋ, ਸਹੀ ਕੰਮ ਕਰੋ, ਗਲਤ ਕੰਮ ਜਿਹੜਾ ਹੈਗਾ ਉਹਦਾ ਕਰਨਾ ਬੰਦ ਕਰ ਦਿਉ, ਨਜਾਇਜ਼ ਫੋਨ ਸੁਣਨੇ ਬੰਦ ਕਰ ਦਿਉ। ਆਮ ਆਦਮੀ ਕੋਈ ਵੀ ਆਵੇ, ਜ਼ਰੂਰੀ ਨਹੀਂ ਕਿਸੇ ਤੋਂ ਫੋਨ ਕਰਾ ਕੇ ਆਵੇ, ਸਭ ਦੇ ਕੰਮ ਹੋਣੇ ਚਾਹੀਦੇ ਆ। ਤੁਸੀਂ ਇੱਥੇ ਆਏ, ਸਬਰ ਰੱਖਿਓ, ਹੁਣ ਆਪਣੇ 5 ਸਾਲ ਐਵੇਂ ਹੀ ਰਹਿਣੇ, ਠੀਕ ਹੈ? ਕੋਈ ਜਲਦੀ ਨਾ ਕਰਿਓ। ਇਹ ਸਭ ਇਹ ਸਫ਼ਰ ਜਿਹੜਾ ਹੈ, ਇਹ ਕੁੰਡਰ ਸਾਹਿਬ ਆਪਾਂ ਨੂੰ ਵਿਪਕਸ਼ ਦੇ ਵਿੱਚ ਇਸ ਕਰਕੇ ਛੱਡ ਕੇ ਗਏ ਆ ਕਿਉਂਕਿ ਆਪਾਂ ਸੱਤਾ 'ਚ ਰਹੇ, ਅਕਲ ਵਿਪਕਸ਼ 'ਚ ਹੀ ਆਉਂਦੀ ਆ, ਆਪਦਾ ਬੇਗਾਨਾ ਵਿਪਕਸ਼ 'ਚ ਪਤਾ ਲੱਗਦਾ ਹੈ, ਕਾਨੂੰਨ ਕੀ ਹੈ ਵਿਪਕਸ਼ 'ਚ ਪਤਾ ਲੱਗਦੇ ਆ, ਸੱਤਾ 'ਚ ਤਾਂ ਆਪਣੇ ਕਰਨ ਆਪਣੇ ਬਹਾਦਰ ਬੈਠਾ ਉਹ ਫੋਨ ਕਰਦੇ ਤਾਂ ਉਹ ਕੰਮ ਹੋ ਜਾਂਦੇ ਸੀ, ਕਮਲ ਬੈਠਾ ਉਹ ਫੋਨ ਕਰਦਾ ਸੀਗਾ। ਸੋ ਇਹ ਆਪਣੇ ਸਿੱਖਣ ਦਾ ਟਾਈਮ ਹੈ, ਸੰਘਰਸ਼ ਕਰਨ ਦਾ ਟਾਈਮ ਹੈ, ਸਾਰੇ ਰਲ ਮਿਲ ਕੇ ਆਪਾਂ ਸੰਘਰਸ਼ ਕਰਾਂਗੇ। ਕਰਨਪੁਰ ਦਾ ਕੋਈ ਵੀ ਕਿਸੇ ਵੀ ਕੋਨੇ 'ਤੇ ਬੈਠਾ ਹੈ ਉਹਦੇ ਵਾਸਤੇ ਆਪਾਂ ਲੜਾਈ ਲੜਾਂਗੇ ਔਰ ਲੜਾਈ ਜਿੱਤਾਂਗੇ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।